ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀ ਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੂ, ਹੁਣ ਸਾਡੇ ਨਾਲ ਸਰਦਾਰ ਜਸਵਿੰਦਰ ਸਿੰਘ ਜੀ ਨੇ, ਪ੍ਰੈਜੀਡੈਂਟ ਗੁਰਦੁਆਰਾ ਸਿੰਘ ਸਭਾ ਸਰੀ। ਪਰ ਅੱਜ ਇੱਥੇ ਪਹੁੰਚਣ ਦਾ ਉਹਨਾਂ ਦਾ ਮਕਸਦ ਤਾਂ ਬਣਿਆ ਕਿਉਂਕਿ ਹੁਣ ਬਹੁਤ ਸਾਰੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੀ ਲੱਖਾਂ ਦੀ ਗਿਣਤੀ 'ਚ ਹਰ ਸਾਲ ਸਾਡਾ ਨਵੇਂ ਬੱਚੇ, ਸਾਡਾ ਨਵਾਂ ਯੂਥ ਜਾਂ ਫਿਰ ਨਵੇਂ ਵੱਡੇ ਜਿਹੜੇ ਨੇ ਉਹ ਵੱਖੋ ਵੱਖ ਸਟੇਟਸਾਂ ਦੇ ਜ਼ਰੀਏ ਜਿਹੜੇ ਕੈਨੇਡਾ ਦੇ ਵਿੱਚ ਆ ਰਹੇ ਨੇ। ਪਰ ਇੱਥੇ ਆਉਣ ਤੋਂ ਬਾਅਦ ਰਹਿਣ ਸਹਿਣ ਦੀਆਂ ਤੰਗੀਆਂ ਬਹੁਤ ਆ ਰਹੀਆਂ ਨੇ, ਉਹਦੇ ਬਾਅਦ ਸੰਸਥਾਵਾਂ ਕੰਮ ਕਰ ਰਹੀਆਂ ਨੇ, ਪਰ ਨਾਲ ਦੀ ਨਾਲ ਕੰਮ ਲੱਭਣ ਦੀਆਂ ਤੰਗੀਆਂ ਕਿ ਕੰਮ ਕਿੱਥੋਂ ਲੱਭੀਏ, ਕਿਵੇਂ ਲੱਭੀਏ ਅਤੇ ਉਹਦਾ ਸਹੀ ਢੰਗ ਤਰੀਕਾ ਕੀ ਹੈ ਕੰਮ ਪ੍ਰਤੀ ਰੀਚ ਕਰਨ ਦਾ, ਉਹਦੇ ਵਿੱਚ ਕਿਤੇ ਨਾ ਕਿਤੇ ਖੜੋਤ ਜਾਂ ਕਮੀਆਂ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ। ਬਾਕੀ ਜਦੋਂ ਭਾਈਚਾਰਾ ਵੱਧਦਾ ਤਾਂ ਇਹੋ ਜਿਹੀਆਂ ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ, ਪਰ ਨਾਲ ਨਾਲ ਉਹਦਾ ਹੱਲ ਕਰਨ ਵਾਸਤੇ ਵੀ ਸੰਸਥਾਵਾਂ ਉੱਠਦੀਆਂ ਨੇ। ਗੁਰਦੁਆਰਾ ਸਿੰਘ ਸਭਾ ਤੋਂ ਸਰਦਾਰ ਜਸਵਿੰਦਰ ਸਿੰਘ ਹੁਣੀ ਜਿਹੜੇ ਸਾਡੇ ਨਾਲ ਅੱਜ ਮੌਜੂਦ ਨੇ, ਅਤੇ ਇੱਕ ਜੋਬ ਫੇਅਰ ਕਰਾਉਣ ਜਾ ਰਹੀ ਹੈ ਸੰਸਥਾ ਆਪਸ਼ਨਸ ਦੇ ਨਾਲ ਰਲ ਕੇ ਅਤੇ ਬਾਕੀ ਹੋਰ ਸੰਸਥਾਵਾਂ ਦੇ ਨਾਲ ਰਲ ਕੇ। ਉਹਨਾਂ ਕੋਲੋਂ ਜਾਣਦੇ ਹਾਂ ਕਿ ਇਹ ਕਿੱਥੇ ਹੋ ਰਿਹਾ ਜੋਬ ਫੇਅਰ, ਕਿੱਦਾਂ ਇਹਦੇ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ, ਕੀ ਢੰਗ ਤਰੀਕਾ ਹੈ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਜੀ? ਸਿਹਤਾਂ ਠੀਕ ਠਾਕ ਠੀਕ ਠਾਕ। ਅੱਛਾ, ਸਾਨੂੰ ਇਹ ਜੋਬ ਫੇਅਰ ਬਾਰੇ ਦੱਸਿਓ ਜੀ ਪਹਿਲਾਂ, ਤਾਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਰਲ ਕੇ ਕਰਾ ਰਹੀਆਂ ਨੇ? ਇਹ ਜੋਬ ਫੇਅਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਦੇ ਵਿੱਚ ਜਿਹੜਾ 132 ਸਟਰੀਟ ਦੇ ਉੱਤੇ ਅਤੇ 81 ਐਵਨਿਊ 'ਤੇ ਹੈ, ਉੱਥੇ ਹੋ ਰਿਹਾ। ਠੀਕ ਹੈ। ਔਰ ਇਹਦੇ ਵਿੱਚ ਦੋ ਸੰਸਥਾਵਾਂ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਹੋਰ ਹਨ, ਇੱਕ ਆਪਸ਼ਨਸ ਕਮਿਊਨਿਟੀ ਸਰਵਿਸ ਸੁਸਾਇਟੀ ਜਿਹੜੀ ਕਿ ਗੌਰਮੈਂਟ ਫੰਡਡ ਸੁਸਾਇਟੀ ਹੈਗੀ ਹੈ, ਔਰ ਇਹ ਮੋਸਟਲੀ ਨਵੇਂ ਜਿਹੜੇ ਇਮੀਗ੍ਰਾਂਟਸ ਕੈਨੇਡਾ ਦੇ ਵਿੱਚ ਆਉਂਦੇ ਆ ਉਹਨਾਂ ਦੇ ਵਾਸਤੇ ਇਹ ਕੰਮ ਕਰਦੀ ਹੈ ਸੰਸਥਾ। ਉਹਨਾਂ ਨੂੰ ਕਿਸ ਤਰ੍ਹਾਂ ਰਹਿਣ ਸਹਿਣ ਵਾਸਤੇ ਇੱਥੇ ਦਾ ਤੌਰ ਤਰੀਕਾ, ਇੱਥੇ ਦੀਆਂ ਉਹਨਾਂ ਨੂੰ ਕੀ ਅੜਚਣਾਂ ਆ ਸਕਦੀਆਂ, ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਾ, ਇਹ ਇਸ ਪਰਪਜ਼ ਲਈ ਇਹ ਸੁਸਾਇਟੀ ਕੰਮ ਕਰਦੀ ਹੈ। ਇਹ ਇਹ ਆਪਸ਼ਨਸ ਕਮਿਊਨਿਟੀ ਸਰਵਿਸ ਦੇ ਨਾਲ ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ ਜਿਹੜੀ ਵੈਨਕੂਵਰ ਦੇ ਵਿੱਚ ਹੈ ਉਹਨਾਂ ਦਾ ਉਪਰਾਲਾ ਰਲ ਕੇ ਨਾਲ ਹੋਇਆ ਹੈ, ਔਰ ਉਹ ਵੀ ਕਮਿਊਨਿਟੀ ਦੇ ਵਿੱਚ ਹੀ ਕਾਫੀ ਕੁਛ ਸਿੱਖਇਜ਼ਮ ਬਾਰੇ, ਜਿਸ ਤਰ੍ਹਾਂ ਕਿ ਲਿਟਰੇਚਰ ਵਗੈਰਾ ਸਰਵ ਕਰਨਾ, ਲਿਟਰੇਚਰ ਵੇਚਦੇ ਆ, ਔਰ ਉਹ ਸਿੱਖੀ ਦਾ ਲਿਟਰੇਚਰ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਾਉਂਦੇ ਆ, ਔਰ ਉੱਥੋਂ ਹੀ ਉਹ ਰਲ ਕੇ ਬੈਠੇ ਹਾਂ। ਇਹ ਵਿਚਾਰ ਚੱਲੀ ਕਿ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਬੱਚੇ ਆਉਂਦੇ ਆ ਜਿਹੜੇ ਕਿ ਕੰਮ ਲੱਭਦੇ ਨਾ, ਕੰਮ ਵੀ ਲੱਭਦੇ ਆ, ਔਰ ਉਹ ਉੱਥੇ ਆਣ ਕੇ ਪੁੱਛਦੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕੰਮ ਮਿਲ ਸਕਦਾ ਜਾਂ ਹੋਰ। ਸੋ ਇਹ ਇਸ ਗੱਲ ਨੂੰ ਵਿਚਾਰ ਦੇ ਮੱਦੇਨਜ਼ਰ ਲੈ ਕੇ ਇਹ ਜੋਬ ਫੇਅਰ ਦਾ ਸੁਝਾਅ ਆਇਆ ਸੀ। ਇਹ ਹੋਣਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਨਾ, ਡੇਟ ਤੇ ਟਾਈਮਿੰਗ ਕੀ ਨੇ? ਗੁਰਦੁਆਰਾ ਸਾਹਿਬ ਦੇ ਅੰਦਰ ਪਾਰਕਿੰਗ ਲਾਟ ਦੇ ਵਿੱਚ ਵੱਡਾ ਟੈਂਟ ਲਾ ਕੇ ਉੱਥੇ ਸਾਰਾ ਕੁਝ ਸੈਟਅਪ ਕੀਤਾ ਜਾਊਗਾ, ਔਰ ਇਹ 27 ਅਪ੍ਰੈਲ ਸ਼ਨੀਚਰਵਾਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਟਾਈਮ ਹੈਗਾ ਰੱਖਿਆ। ਇਸ ਟਾਈਮ ਦੇ ਵਿੱਚ ਇਹ ਜੋਬ ਫੇਅਰ ਹੋ ਰਿਹਾ। ਮੋਸਟਲੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਹੋਰ ਕਾਰਜ ਕੀਤੇ ਜਾਂਦੇ ਨੇ, ਪਰ ਇਹ ਮੇਰੇ ਖਿਆਲ ਸ਼ਾਇਦ ਬਹੁਤ ਵਿਰਲਾ ਟਾਵਾਂ ਆ ਜਾਂ ਅਸੀਂ ਪਹਿਲੀਆਂ 'ਚ ਹੀ ਸੁਣਦੇ ਪਏ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋਬ ਫੇਅਰ ਦਾ ਇੱਕ ਸੋਹਣਾ ਆਗਾਜ਼ ਆ। ਮੈਨੂੰ ਲੱਗਦਾ ਅੱਜ ਦੇ ਯੂਥ ਨੂੰ, ਬੱਚਿਆਂ ਨੂੰ ਇਸ ਚੀਜ਼ ਦੀ ਜ਼ਰੂਰਤ ਬਹੁਤ ਆ, ਕਿਉਂਕਿ ਅੱਜ ਜਿੱਥੇ ਅਸੀਂ ਬੜੇ ਹੋਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਉੱਤੇ ਨਿਰਭਰ ਕਰਦੇ ਹਾਂ ਜੀ, ਗੁਰਦੁਆਰਾ ਸਾਹਿਬ ਅਜਿਹੇ ਨਾਲ ਉਦਮ ਵੀ ਕਰਦੇ ਨੇ ਅਤੇ ਉਹਦੇ ਨਾਲ ਬਹੁਤ ਸੋਹਣਾ ਇੱਕ ਤਾਂ ਸੁਨੇਹਾ ਜਾਊ, ਲੋੜਵੰਦਾਂ ਦੀ ਲੋੜ ਪੂਰੀ ਹੋਊ, ਅਤੇ ਮੇਰੇ ਖਿਆਲ ਜੋ ਮੁੱਖ ਸਿਧਾਂਤ ਨੇ ਸਾਡੇ ਗੁਰੂ ਘਰਾਂ ਦੇ ਉਹਦੇ ਉੱਤੇ ਇਹ ਚੀਜ਼ ਕਾਫੀ ਪਹਿਰਾ ਦਊਗੀ। ਕਿੱਦਾਂ ਸਬੱਬ ਕਿਵੇਂ ਬਣਿਆ ਇਸ ਪਾਸੇ ਨੂੰ ਆਉਣ ਦਾ? ਗੱਲ ਚੱਲ ਰਹੀ ਸੀ ਕਿ ਸਿੱਖ ਹੈਰੀਟੇਜ ਮੰਥ ਆਪਾਂ ਅਪ੍ਰੈਲ ਦਾ ਮਹੀਨਾ ਮਨਾਉਂਦੇ ਹਾਂ, ਗੌਰਮੈਂਟ ਵੱਲੋਂ ਅਪਰੂਵ ਹੈਗਾ, ਬਿਕੋਜ਼ ਯਤਨ ਸਿੱਖ ਬੱਚਿਆਂ ਨੂੰ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਕੀਤੀ ਜਾਵੇ ਇਹਨਾਂ ਦਿਨਾਂ ਦੇ ਵਿੱਚ, ਵੀ ਜੇ ਆਪਾਂ ਕੋਈ ਐਸਾ ਉਪਰਾਲਾ ਅਤੇ ਸੁਝਾਅ ਆਇਆ, ਉਹ ਵੀ ਮੇਰੇ ਸਰਨਾਮੀਆਂ ਜਸਵਿੰਦਰ ਸਿੰਘ ਹੀ ਹੈ, ਉਹਨਾਂ ਨੇ ਸੁਝਾਅ ਦਿੱਤਾ ਵੀ ਆਪਾਂ ਜੋਬ ਫੇਅਰ ਲਾਈਏ, ਅਤੇ ਉਹ ਆਪਸ਼ਨ ਦੇ ਨਾਲ ਵੀ ਵਰਕ ਕਰਦੇ ਆ ਵੀ ਆਪਾਂ ਇਕੱਠੇ ਹੋ ਕੇ ਇਹ ਉਪਰਾਲਾ ਕਰੀਏ, ਵੀ ਇਹਦੇ ਵਿੱਚ ਜਿਹੜੇ ਨਵੇਂ ਬੱਚੇ ਆਏ ਹੋਏ ਆ ਜਿਨ੍ਹਾਂ ਦੇ ਕੋਲ ਜੋਬ ਨਹੀਂ ਹੈਗੀ, ਜੇ ਕੋਈ ਰਾਬਤਾ ਕਾਇਮ ਹੋ ਸਕੇ। ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਇੰਪਲੋਇਰ ਇਸ ਵੇਲੇ ਹਾਇਰਿੰਗ ਕਰ ਰਿਹਾ ਹੈ, ਉਹ ਨਹੀਂ ਪਤਾ ਲੱਗਦਾ ਵੀ ਜੇ ਇੱਥੇ ਆਪਾਂ ਇਸ ਤਰ੍ਹਾਂ ਐਡਵਰਟਾਈਜ਼ ਕਰਕੇ ਇੰਪਲੋਇਰ ਇਕੱਠੇ ਕਰਦੇ ਹਾਂ ਅਤੇ ਨਾਲ ਬੱਚੇ ਆਉਣਗੇ ਇੰਟਰਵਿਊ ਥੋੜ੍ਹਾ ਬਹੁਤ ਕਰਕੇ, ਅਤੇ ਜੇ ਕੋਈ ਕਿਸੇ ਨੂੰ ਜੋਬ ਮਿਲ ਸਕਦੀ ਹੈ ਤਾਂ ਇੱਕ ਚੰਗਾ ਉਪਰਾਲਾ ਹੋਊਗਾ। ਬੱਚਿਆਂ ਨੂੰ ਕੀ ਹਦਾਇਤਾਂ ਨੇ? ਆਪਣੇ ਰੈਜ਼ਮੇ ਵਗੈਰਾ ਲੈ ਕੇ ਆਉਣ ਜਾਂ ਹੋਰ ਕੋਈ ਹਦਾਇਤ? ਬਿਲਕੁਲ ਜੀ, ਆਪਣੇ ਰੈਜ਼ਮੇ ਲੈ ਕੇ ਆਉਣ ਬੱਚੇ, ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਊਗੀ ਪਹਿਲਾਂ ਆਣ ਕੇ, ਔਰ ਰਜਿਸਟ੍ਰੇਸ਼ਨ ਹੋ ਕੇ ਕਾਫੀ ਸਾਰੇ ਇੰਪਲੋਇਰ ਇਸ ਵੇਲੇ ਰਜਿਸਟਰ ਹੋ ਚੁੱਕੇ, ਤਕਰੀਬਨ 20 ਦੇ ਕਰੀਬ ਬਿਗ ਇੰਪਲੋਇਰ ਜਿਹੜੇ ਹੈਗੇ ਆ ਉਹ ਰਜਿਸਟਰ ਹੋ ਚੁੱਕੇ ਆ, ਹੋਰ ਵੀ ਨਾਲ ਹੋ ਰਹੇ ਆ ਇਸ ਵੇਲੇ, ਔਰ ਉਹ ਸਾਰੇ ਉੱਥੇ ਉਹਨਾਂ ਦੇ ਟੇਬਲ ਲੱਗੇ ਹੋਣਗੇ, ਔਰ ਬੱਚੇ ਆਪਣੇ ਰਜ਼ਮੇ ਉਹਨਾਂ ਨੂੰ ਦੇ ਸਕਦੇ ਆ ਜਿਸ ਤਰ੍ਹਾਂ ਵੀ ਉਹ ਫਿਰ ਇੰਪਲੋਇਰ ਉਹਨਾਂ ਦੇ ਨਾਲ ਵਰਕ ਕਰਨਗੇ। ਬਿਲਕੁਲ ਠੀਕ ਹੈ। ਹਾਂਜੀ। ਅੱਛਾ, ਇਹ ਬਹੁਤ ਸੋਹਣਾ ਉੱਦਮ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ, ਪਰ ਹੁਣ ਹਾਲ ਹੀ ਵਿੱਚ ਅਸੀਂ ਦੇਖਿਆ ਜੀ ਬਹੁਤ ਸਾਰੇ ਭਾਈ ਸਾਹਿਬ ਹੋਰ ਜੋਬ ਫੇਅਰਸ ਵੀ ਦੇਖੇ, ਉਹਦੇ ਪਿੱਛੇ ਕਿਤੇ ਨਾ ਕਿਤੇ ਕਈ ਪ੍ਰਾਈਵੇਟ ਕਾਲਜਿਸ ਬਹੁਤ ਜੋਬ ਫੇਅਰ ਕਰਾ ਰਹੇ ਆ,
ਕਈ ਹੋਰ ਪ੍ਰਾਈਵੇਟ ਸੰਸਥਾਵਾਂ ਜੋਬ ਫੇਅਰ ਕਰਾ ਰਹੀਆਂ ਨੇ ਬਹੁਤ ਜ਼ਿਆਦਾ, ਪਰ ਅੱਜ ਨੌਕਰੀਆਂ ਦੀ ਅਸੀਂ ਜਿੰਨੀ ਜਿਹੜੀ ਅਸੀਂ ਕਿੱਲਤ ਦੇਖ ਰਹੇ ਹਾਂ ਜਿਹੜੀ ਇਹ ਥੋੜ੍ਹ ਆਈ ਹੈ, ਉਹਦੇ ਉੱਤੇ ਸਪੈਸ਼ਲ ਵਰਕ ਕਰਨ ਲਈ ਕਿਸ ਤਰੀਕੇ ਦੇ ਇੰਪਲੋਇਰਸ ਕੁਛ ਖਾਸ ਟਾਰਗੇਟ ਕੀਤੇ ਹੋਣ ਜਾਂ ਕੋਈ ਖਾਸ ਉਹਦੇ ਬਾਬਤ ਗੱਲਬਾਤ ਕਿਸੇ ਸੰਸਥਾਵਾਂ ਨਾਲ ਜਾਂ ਕਿਸੇ ਜਿਹੜੇ ਇੰਪਲੋਇਰਸ ਨੇ ਉਹਨਾਂ ਦੇ ਨਾਲ ਚੱਲੀਆਂ ਹੋਣ, ਕਿਉਂਕਿ ਜਦੋਂ ਆਮ ਬੱਚੇ ਹੁਣ ਜੋਬਸ ਲੱਭਣ ਜਾ ਰਹੇ ਨੇ ਬਾਜ਼ਾਰ ਦੇ ਵਿੱਚ ਮਿਲਦੀਆਂ ਨਹੀਂ ਪਈਆਂ, ਬੱਚੇ ਕਹਿੰਦੇ ਕਿ 6-6 ਮਹੀਨੇ ਹੁਣ ਤੱਕ ਹੋ ਚੁੱਕੇ ਨੇ ਸਾਡੇ ਸ਼ਹਿਰ 'ਚ ਬੈਠੇ ਕਿ ਕੰਮ ਨਹੀਂ ਹੈਗੇ, ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਕੋਈ ਖਾਸ ਤਿਆਰੀਆਂ? ਹਾਂ ਨਹੀਂ ਹੈ ਤਾਂ ਇਹ ਵੈਸੇ ਬਹੁਤਾ ਇਹਨੂੰ ਜਿਹੜਾ ਔਰਗੇਨਾਈਜ਼ ਤਾਂ ਆਪਸ਼ਨ ਕਮਿਊਨਿਟੀ ਸਰਵਿਸ ਸੁਸਾਇਟੀ ਜਿਹੜੀ ਹੈਗੀ ਆ ਉਹ ਹੀ ਇਹਨੂੰ ਸਾਰਾ ਮੈਨੇਜ ਕਰ ਰਹੇ ਆ, ਕਿਉਂਕਿ ਉਹਨਾਂ ਦੇ ਜ਼ਿਆਦਾ ਸੋਰਸਿਸ ਇਸ ਪਰਸਪੈਕਟਿਵ ਤੋਂ ਹੈਗੇ ਆ, ਉਹਨਾਂ ਨੇ ਇੰਪਲੋਇਰਸ ਦੇ ਨਾਲ ਹੀ ਸੰਪਰਕ ਕੀਤਾ ਹੈ, ਔਰ ਜਿਹੜੇ ਇੰਪਲੋਇਰ ਦੇ ਨਾਲ ਜਿਹਨਾਂ ਨੂੰ ਲੋੜ ਹੈ ਲੱਗਦਾ ਹੈ ਵੀ ਅਸੀਂ ਹਾਇਰ ਕਰਨੇ ਆ ਬੰਦੇ, ਉਹਨਾਂ ਇੰਪਲੋਇਰਸ ਨੇ ਹੀ ਉੱਥੇ ਆਉਣਾ ਹੈ, ਅਤੇ ਜਦੋਂ ਬੱਚੇ ਉੱਥੇ ਆਉਣਗੇ ਉਹਨਾਂ ਦੇ ਨਾਲ ਸੰਪਰਕ ਹੋਵੇਗਾ ਤਾਂ ਕੁਛ ਨਾ ਕੁਛ ਹਾਇਰਿੰਗ 'ਚ ਜ਼ਰੂਰ ਹੋਵੇਗੀ। ਬਿਲਕੁਲ। ਅੱਛਾ, ਤੁਹਾਡੇ ਕੋਲ ਤਾਂ ਗੁਰਦੁਆਰਾ ਸਾਹਿਬ ਕਿਉਂਕਿ ਤੁਸੀਂ ਡੇਲੀ ਬੇਸਿਸ ਦੇ ਵਿੱਚ ਤੁਹਾਡੇ ਨਾਲ ਨਵੇਂ ਪੁਰਾਣੇ ਬਹੁਤ ਲੋਕਾਂ ਦੀ ਇੰਟਰੈਕਸ਼ਨ ਹੁੰਦੀ ਰਹਿੰਦੀ ਹੋਏਗੀ, ਅੱਜ ਜਿਵੇਂ ਅਸੀਂ ਇੱਕ ਆਮ ਗੱਲ ਚੱਲਦੀ ਹੈ ਕਿ ਬੱਚੇ ਡਿਪਰੈਸ਼ਨ 'ਚ ਬਹੁਤ ਜਾ ਰਹੇ ਆ, ਚਿੰਤਾਵਾਂ ਵੱਧ ਰਹੀਆਂ ਨੇ, ਟੈਨਸ਼ਨਾਂ ਵੱਧ ਰਹੀਆਂ ਨੇ, ਜਦੋਂ ਕੰਮ ਨਹੀਂ ਮਿਲਦੇ ਤਾਂ ਉਹ ਬਹੁਤ ਦੂਰ ਤੱਕ ਇੰਪੈਕਟ ਜਾਂਦਾ, ਕੁਛ ਬੱਚੇ ਤਾਂ ਬਹੁਤ ਜ਼ਿਆਦਾ ਵਿਚਲ ਜਾਂਦੇ, ਖੈਰ ਆਪਾਂ ਉਹ ਗੱਲ ਨਹੀਂ ਕਰਨਾ ਚਾਹੁੰਦੇ ਇਹੋ ਜਿਹੀ ਕੋਈ ਨੈਗੇਟਿਵ, ਪਰ ਇੱਥੋਂ ਤੱਕ ਕਿ ਉਹਨਾਂ ਨੂੰ ਲੱਗਦਾ ਕਿ ਮੇਰੇ ਜਿਉਣ ਦਾ ਵੀ ਹੁਣ ਕੋਈ ਫਾਇਦਾ ਨਹੀਂ, ਇੱਥੋਂ ਤੱਕ ਮਾਨਸਿਕ ਤੌਰ 'ਤੇ ਤਣਾਅ ਚੱਲ ਜਾਂਦਾ। ਤੁਹਾਨੂੰ ਗੁਰਦੁਆਰੇ 'ਚ ਆਉਂਦੀਆਂ ਨੇ ਇੱਦਾਂ ਦੀਆਂ ਐਗਜ਼ਾਮਪਲ ਜੀ? ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੇ ਬੱਚੇ ਜਿਹੜੇ ਤਣਾਅ ਦੇ ਵਿੱਚ ਆ, ਔਰ ਤੁਸੀਂ ਮੈਂ ਆਪਾਂ ਇਹ ਓਪਨਲੀ ਗੱਲ ਬਹੁਤੀ ਕਰਦੇ ਚੰਗੇ ਵੀ ਨਹੀਂ ਲੱਗਦੇ, ਬੱਚੇ ਆਉਂਦੇ ਆ ਵੀ ਮੇਰੇ ਰੈਂਟ ਦੀ ਸ਼ੋਰਟੇਜ ਆ, ਮੇਰੇ ਕੋਲ ਰੈਂਟ ਨਹੀਂ ਹੈਗਾ, ਜੇ ਗੁਰਦੁਆਰਾ ਮੇਰੀ ਹੈਲਪ ਕਰੇ ਰੈਂਟ ਦੇ ਵਿੱਚ ਮੈਨੂੰ ਹੈਲਪ ਕਰ ਸਕਦੇ। ਹੁਣ ਗੁਰਦੁਆਰੇ ਦੇ ਕੋਲ ਵੀ ਜਿਹੜੇ ਸੋਰਸਿਸ ਹੈਗੇ, ਤੁਸੀਂ ਕਿਸੇ ਨੂੰ ਤਾਂ ਪਰਸਨਲੀ ਪੈਸਾ ਦੇ ਨਹੀਂ ਸਕਦੇ, ਕਿਉਂਕਿ ਚੈਰਿਟੀ ਹੈਗੀ ਆ, ਰਜਿਸਟਰ ਚੈਰਿਟੀ ਆ, ਤੁਸੀਂ ਚੈੱਕ ਦੇਣੀ ਆ ਤਾਂ ਕਿਸੇ ਚੈਰਿਟੀ ਨੂੰ ਹੀ ਦੇ ਸਕਦੇ ਹਾਂ, ਤੁਸੀਂ ਇਸ ਤਰ੍ਹਾਂ ਹੈਲਪ ਕਰਨਾ ਵੀ ਉੱਥੇ ਪ੍ਰਸ਼ਾਦਾ ਪਾਣੀ ਜੋ ਆਪਣਾ ਸੋਰਸ ਹੈਗਾ ਕੱਪੜਾ ਲੱਤਾ ਜਾਂ ਕੋਈ ਇੱਦਾਂ ਦੇ ਸੋਰਸਿਸ ਤਾਂ ਤੁਸੀਂ ਕਰ ਸਕਦੇ ਹਾਂ, ਪਰ ਹੁਣ ਕਿਸੇ ਦਾ ਕਿਰਾਇਆ ਤਾਂ ਨਹੀਂ ਦੇ ਸਕਦਾ ਗੁਰਦੁਆਰਾ ਜਦੋਂ ਉੱਥੇ, ਫਿਰ ਬੜੀ ਮਤਲਬ ਸਾਨੂੰ ਵੀ ਫੀਲ ਹੁੰਦਾ ਆ ਵੀ ਇਹ ਬੱਚਾ ਲੋੜ ਦੇ ਵਿੱਚ ਆ, ਚਾਹੁੰਦੇ ਹੋਇਆਂ ਵੀ ਹੈਲਪ ਕਰਨਾ, ਫਿਰ ਪਰਸਨਲੀ ਤੁਸੀਂ ਆਪਣੇ ਕੋਲੋਂ ਜਿੰਨਾ ਕੁ ਕਰ ਸਕਦੇ ਹਾਂ ਫਿਰ ਉਹ ਤਾਂ ਹੋ ਸਕਦਾ, ਪਰ ਗੁਰਦੁਆਰੇ ਵੱਲੋਂ ਕਈ ਚੀਜ਼ਾਂ ਕਈ ਰਿਸਟ੍ਰਿਕਸ਼ਨ ਐਸੀਆਂ ਹੈਗੀਆਂ ਜਿਹੜੀਆਂ ਤੁਸੀਂ ਗੁਰਦੁਆਰਾ ਵੀ ਨਹੀਂ ਕਰ ਸਕਦਾ। ਅੱਛਾ, ਕਈ ਵਾਰੀ ਨਾ ਲੋਕਾਂ ਨੂੰ ਗਿਆਨ ਦੀ ਘਾਟ ਹੁੰਦੀ, ਮੈਂ ਤਾਂ ਇਹੀ ਕਹਿਣਾ, ਹਾਂਜੀ, ਜਿਹੜੇ ਲੋਕ ਐਵੇਂ ਬਿਨਾਂ ਗੱਲ ਤੋਂ ਹੀ ਐਲੀਗੇਸ਼ਨ ਜ਼ਲਾ ਦਿੰਦੇ ਨੇ, ਕਿਉਂਕਿ ਕਈ ਵਾਰੀ ਅਸੀਂ ਸਿਸਟਮ ਦੇ ਵਿੱਚ ਪਏ ਨਹੀਂ ਹੁੰਦੇ, ਸਾਨੂੰ ਮਰਿਆਦਾਵਾਂ ਦਾ ਨਹੀਂ ਪਤਾ ਹੁੰਦਾ, ਢੰਗ ਤਰੀਕੇ ਗੁਰਦੁਆਰਿਆਂ ਦੀ ਵਰਕਿੰਗ ਉਹਨਾਂ ਦੀ ਕੀ ਆ, ਹਰ ਇੱਕ ਚੀਜ਼ ਇੱਕ ਜਿਵੇਂ ਤੁਸੀਂ ਦੱਸਿਆ ਇੱਕ ਚੈਰਿਟੀ 'ਚੋਂ ਪੈਸੇ ਕੱਢ ਕੇ ਤੁਸੀਂ ਕਿਸੇ ਨੂੰ $10 ਵੀ ਨਹੀਂ ਬਾਹਰ ਦੇ ਸਕਦੇ, ਉਹਦਾ ਹਿਸਾਬ ਦੇਣਾ ਪੈਣਾ, ਬਿਲਕੁਲ, ਪਰ ਕਈ ਵਾਰੀ ਬੰਦੇ ਆਮ ਹੀ ਗੱਲ ਕਰ ਦਿੰਦੇ ਵੀ ਕੀ ਆ ਗੁਰਦੁਆਰੇ ਨੂੰ ਕਰ ਦਿੰਦੇ ਹੈ ਕੀ ਹੋ ਜਾਣਾ ਸੀ, ਕਰ ਦੇਣਾ ਚਾਹੀਦਾ। ਇਹ ਅਸੀਂ ਇਗਨੋਰੈਂਸ ਦੇ ਵਿੱਚ ਕਈ ਵਾਰੀ ਗੱਲਾਂ ਕਰਦੇ ਹਾਂ, ਸਾਡਾ ਇੰਡੀਆ ਦਾ ਸਿਸਟਮ ਅਤੇ ਕੈਨੇਡਾ ਦੇ ਸਿਸਟਮ ਦੇ ਵਿੱਚ ਬਹੁਤ ਫਰਕ ਆ, ਜੇ ਇੱਥੇ ਜਿਹੜੀਆਂ ਚੈਰਿਟੀਆਂ ਸਾਰੇ ਰਜਿਸਟਰਡ ਚੈਰਿਟੀ ਜਿਹੜੀ ਕੋਈ ਵੀ ਹੈਗੀ ਆ ਉਹਨਾਂ ਦਾ ਸਾਰਾ ਸਾਲ ਦਾ ਅਕਾਊਂਟ ਤੁਹਾਨੂੰ CRA ਦੇ ਨਾਲ ਤੁਹਾਨੂੰ ਫਾਈਲ ਕਰਨਾ ਪੈਂਦਾ, ਸਾਰਾ ਕੁਛ ਤੁਹਾਨੂੰ ਉਸ ਹਿਸਾਬ ਦੇ ਨਾਲ ਹੈ। ਇੱਕ ਇਹ ਵੀ ਆ ਕਿ ਉੱਥੇ ਵੀ ਆਪਾਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਆਏ ਹਾਂ, ਉਹ ਪਿੰਡਾਂ ਦੇ ਗੁਰਦੁਆਰਿਆਂ ਦਾ ਕੁਛ ਵੇ ਡਿਫਰੈਂਟ ਹੈਗਾ। ਹੁਣ ਕਈ ਵਾਰੀ ਬੱਚੇ ਆ ਜਾਂਦੇ ਜੀ ਮੈਂ ਰਾਤ ਰਹਿਣਾ ਹੀ ਹਾਂ, ਹੁਣ ਰਿਸਟ੍ਰਿਕਸ਼ਨ ਆ ਸਿਟੀ ਵੱਲੋਂ ਕਿ ਗੁਰਦੁਆਰੇ ਦੇ ਅੰਦਰ ਕੋਈ ਰਾਤ ਨਹੀਂ ਰਹਿ ਸਕਦਾ। ਅੱਛਾ, ਨਹੀਂ ਰੱਖ ਸਕਦੇ? ਨਹੀਂ, ਤੁਹਾਡਾ ਰੈਜੀਡੈਂਸ਼ੀਅਲ ਜਿਹੜਾ ਏਰੀਆ ਹੈਗਾ ਜਾਂ ਘਰ ਆ ਜਾਂ ਗੁਰਦੁਆਰੇ ਦੇ ਨਾਲ ਉੱਥੇ ਰਹਿ ਸਕਦੇ, ਗੁਰਦੁਆਰੇ ਦੇ ਅੰਦਰ ਕੋਈ ਰਾਤ ਨਹੀਂ ਰਹਿ ਸਕਦਾ। ਓਕੇ, ਸੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੀ ਇਗਨੋਰੈਂਸ ਹੋਣ ਕਰਕੇ ਜੇ ਤੁਸੀਂ ਉਦੋਂ ਜਦੋਂ ਜਵਾਬ ਦਿੰਦੇ ਹਾਂ ਤਾਂ ਫਿਰ ਉਹ ਕਹਿੰਦੇ ਗੁਰਦੁਆਰਾ ਕੀ ਹੋਇਆ ਵੀ ਜੇ ਅਸੀਂ ਰਾਤ ਨਹੀਂ ਰਹਿ ਸਕਦੇ, ਕਿਉਂਕਿ ਸਾਡੇ ਉੱਥੇ ਸਰਾਵਾਂ ਹੁੰਦੀਆਂ ਸੀਗੀਆਂ ਗੁਰਦੁਆਰੇ ਦੇ ਨਾਲ, ਪਰ ਇੱਥੇ ਗੁਰਦੁਆਰੇ ਦੇ ਨਾਲ ਸਰਾਂ ਅਲਾਊਡ ਨਹੀਂ ਹੈਗੀ, ਜਾਂ ਮਤਲਬ ਵੀ ਰੈਜੀਡੈਂਸ਼ੀਅਲ ਇੱਦਾਂ ਦਾ ਬਕਾਇਦਾ ਤੌਰ 'ਤੇ ਬਣਾਇਆ ਜਾਵੇ ਉਹ ਜਿੱਥੇ ਨਹੀਂ ਬਣਿਆ ਹੋਇਆ ਪਹਿਲਾਂ ਮਤਲਬ ਗੁਰਦੁਆਰੇ ਦੇ ਵਿੱਚ, ਜੇ ਗੁਰਦੁਆਰੇ 'ਚ ਬਣਿਆ ਬੜੀ ਚੰਗੀ ਗੱਲ ਹੈ, ਜਿੱਥੇ ਹਜੇ ਨਹੀਂ ਬਣਿਆ ਉੱਥੇ ਤੁਸੀਂ ਕਿਸੇ ਨੂੰ ਰਾਤ ਰਹਿਣ ਵਾਸਤੇ ਵੀ ਅਲਾਓ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਬੱਚੇ ਆਉਂਦੇ ਆ ਕਈ ਵਾਰੀ ਰਾਤ ਨੂੰ, ਅੱਧੀ ਰਾਤ ਨੂੰ 9 ਵਜੇ 10 ਵਜੇ ਸਮਾਨ ਚੱਕਿਆ ਅਟੈਚੀ ਵੀ ਮੈਨੂੰ ਜੀ ਬੇਸਮੈਂਟ ਦੇ ਵਿੱਚੋਂ ਕੱਢ ਦਿੱਤਾ ਗਿਆ ਵੀ ਮੈਂ ਰਾਤ ਰਹਿਣਾ, ਬੜਾ ਮੁਸ਼ਕਲ ਹੁੰਦਾ। ਸਾਡੀਆਂ ਕੁੜੀਆਂ ਵੀ ਆਉਂਦੀਆਂ ਨੇ ਕਈ ਵਾਰੀ? ਨਹੀਂ, ਹਜੇ ਤੱਕ ਤਾਂ ਲੜਕੀਆਂ ਦਾ ਤਾਂ ਨਹੀਂ ਮੌਕਾ ਬਣਿਆ, ਪਰ ਲੜਕਿਆਂ ਦਾ ਐਸਾ ਮਤਲਬ ਵੀ ਸਾਨੂੰ ਡੀਲ ਕਰਨਾ ਪਿਆ। ਕਦੋਂ ਤੋਂ ਡੀਲ ਕਰਨਾ ਪੈ ਰਿਹਾ ਇਸ ਚੀਜ਼ ਨਾਲ? ਇਹ ਪਿਛਲੇ ਆ ਸਿਆਲ ਦੇ ਦਿਨਾਂ ਦੇ ਵਿੱਚ ਜਿੱਦਾਂ ਮਤਲਬ ਵੀ ਬੱਚੇ ਇਸ ਤਰ੍ਹਾਂ ਆਏ। ਇੱਕ ਵਾਰੀ ਚਲੋ ਜਾਂਦੇ ਜਾਂਦੇ ਸਾਨੂੰ ਕੋਈ ਫੋਨ ਨੰਬਰ ਦੇ ਦਿਓ ਤਾਂ ਕਿ ਜਿਹੜਾ ਹੁਣ ਜੋਬ ਫੇਅਰ ਹੋਣਾ ਉਹਦੇ ਰਿਗਾਰਡਿੰਗ ਹੋਰ ਕਿਸੇ ਨੇ ਜਾਣਕਾਰੀਆਂ ਲੈਣੀਆਂ, ਕਿਸੇ ਨੇ ਫਿਰ ਵੀ ਸਮਾਂ ਐਡਰੈਸ ਬਾਕੀ ਜਾਣਕਾਰੀ ਪੁੱਛਣੀਆਂ ਤਾਂ ਕਿੱਥੇ ਪੁੱਛ ਸਕਦੇ? ਉਹ ਤੁਸੀਂ ਫੋਨ ਨੰਬਰ ਨੋਟ ਕੀਤਾ ਜਾ ਸਕਦਾ ਜੀ, 604-504-50-01, 604-512-5001, ਜਸਵਿੰਦਰ ਸਿੰਘ ਉਹਨਾਂ ਦਾ ਨਾਂ ਹੈ। ਬਿਲਕੁਲ, ਇਹ ਕੈਨੇਡੀਅਨ ਸਿੱਖ ਸਟੱਡੀ
ਟੀਚਿੰਗ ਸੋਸਾਇਟੀ ਦੇ ਨਾਲ ਵਰਕ ਕਰਦੇ ਆ, ਉਹ ਜਸਵਿੰਦਰ ਸਿੰਘ ਹੁਣਾਂ ਨੂੰ ਇਸ ਫੋਨ ਨੰਬਰ 'ਤੇ ਸੰਪਰਕ ਕਰਕੇ ਹੋਰ ਇਨਫੋਰਮੇਸ਼ਨ ਲੈ ਜਾ ਸਕਦੇ। ਭਾਈ ਸਾਹਿਬ ਤੁਹਾਡਾ ਅੱਜ ਸਟੂਡੀਓ ਆ ਕੇ ਸਾਰੀਆਂ ਜਾਣਕਾਰੀ ਦਿੱਤੀਆਂ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਓਪਰਚੁਨਿਟੀ ਦਿੱਤੀ ਹੈ, ਮੌਕਾ ਦਿੱਤਾ ਹੈ, ਗੱਲਬਾਤ ਅੱਗੇ ਵੀ ਕਰਦੇ ਰਹਾਂਗੇ ਜੀ। ਜ਼ਰੂਰ ਜੀ, ਧੰਨਵਾਦ ਜੀ। ਸੋ ਇਸ ਸਰਦਾਰ ਜਸਵਿੰਦਰ ਸਿੰਘ ਜੀ, ਪ੍ਰੈਜ਼ੀਡੈਂਟ ਗੁਰਦੁਆਰਾ ਸਿੰਘ ਸਭਾ ਸਰੀ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮੈਨੂੰ ਜੋਗਰਾ ਸਿੰਘ ਕਾਲੂ ਨੂੰ ਦਿਓ ਆ ਗਿਆ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।